ਸਾਡੇ ਹੀ ਦੁਕਾਨ ਤੇ ਮੋਡਾਫੋਨ ਚ ਇੱਕ ਮੁੰਡਾ ਹਰਮਨ ਸਿੰਘ ਕੰਮ ਕਰਦਾ ਸੀ ਸਿੰਘਾਲੇ ਦਾ ਉਹ ਮਤਲਬ ਕਮਿਸ਼ਨ ਬੇਸ ਤੇ ਕੰਮ ਕਰਦਾ ਸੀਗਾ ਅੱਜ ਉਹ ਆਇਆ ਕਹਿੰਦਾ ਵੀ ਮੈਂ ਕੰਮ ਨਹੀਂ ਕਰਨਾਗਾ ਮੇਰਾ ਹਿਸਾਬ ਕਰ ਦਿਓ ਕਾਪੀ ਤੇ ਉਹਦੇ ਸਾਈਨ ਹੁੰਦੇ ਆ ਬਕਾਇਦਾ ਡੇਲੀ ਹਾਜ਼ਰੀ ਲੱਗਦੀ ਆ ਜਿੰਨੀਆਂ ਐਕਟੀਵੇਸ਼ਨਾਂ ਪਾਉਂਦਾ ਰੋਜ਼ ਦੀ ਰੋਜ਼ ਲਿਖ ਕੇ ਜਾਂਦਾ ਦਿਨਾਂ ਦੀ ਹਾਜ਼ਰੀ ਲੱਗਦੀ ਆ ਉਹ ਮੁੰਡਾ ਲੜਕਾ ਆਪਣਾ ਸੱਨੀ ਉਹਨੂੰ ਕਹਿੰਦਾ ਵੀ ਆ ਤੇਰੇ 17 ਦਿਨ ਦੀ ਹਾਜ਼ਰੀ ਲੱਗੀ ਆ 17 ਦਿਨਾਂ ਦੇ ਆਪਦੇ ਪੈਸੇ ਲੈ ਲੈ ਕਹਿੰਦਾ ਜੀ ਮੈਂ ਤਾਂ 11000 ਤੇ ਗੱਲ ਕੀਤੀ ਸੀ ਤੇ 11000 ਲਾਊਂਗਾ ਤੇ ਮੈਂ ਪੈਸੇ ਵੀ ਲੈਣ ਵੀ ਜਾਣਦਾ ਉਹ ਸਾਡੇ ਲੜਕੇ ਨੇ ਉਹਨੂੰ ਬਾਹਾਂ ਫੜ ਕੇ ਇੱਥੇ ਬਿਠਾ ਲਿਆ ਕਹਿੰਦਾ 2 ਮਿੰਟ ਮੈਂ ਫੋਨ ਕਰ ਦੰਨਾ ਅਫਸਰਾਂ ਨੂੰ ਆਪਣੇ ਵੱਡਾ ਫੋਨ ਵਾਲੇ ਨੂੰ ਇੱਥੇ ਲੋਕਲ ਹੀ ਆ ਤੇ ਉਹ ਆ ਜਾਂਦਾ ਤੇ ਜਿਵੇਂ ਕਹੂਗਾਵੇਂ ਕਰ ਲਈ ਕਹਿੰਦਾ ਤੂੰ ਛੱਡ ਕਹਿੰਦਾ ਮੈਂ ਤੈਥੋਂ ਪੈਸੇ ਬਾਅਦ ਚ ਲਾਊਂਗਾ ਪਹਿਲਾਂ ਉਹਨੇ ਨਹੀਂ ਕਰਦਾ ਕਰਦਾ ਇੱਥੋਂ ਚਲਾ ਗਿਆ ਜੀ ਉਹ ਮੁੜ ਕੇ ਪਿੰਡੋਂ ਕਿਤੇ ਬੰਦੇ ਲਿਆਇਆ 20 25 ਬਦਮਾਸ਼ ਠਾਈ ਸੀ ਮਸਟੰਡੇ ਜੇ ਨਸ਼ੇੜੀ ਬੰਦੇ ਸੀ ਸਾਰੇ ਉਹਨਾਂ ਨੂੰ ਲਿਆ ਕੇ ਉਦੋਂ ਨੂੰ ਅਫਸਰ ਵੀ ਇੱਥੇ ਆ ਗਿਆ ਉਹਨੂੰ ਕਹਿੰਦਾ ਹਾਂ ਵੀ ਮੈਂ ਤੈਨੂੰ ਕੁੱਟਮਾਰ ਕਰੂੰਗਾ ਜਿੰਹੀਂ ਮੈਨੇ ਪੈਸੇ ਦੇ ਮੈਂ ਤਾਂ ਤਨਖਾਹ ਪੂਰੀ ਲੈਣੀ ਆ ਚਲੋ ਜੀ ਉਹਨੇ ਸਿਆਣਪ ਵਰਤੀ ਵਿਚਾਰੇ ਨੇ ਉਹ ਕਹਿੰਦਾ ਯਾਰ ਛੱਡ ਆਪਾਂ ਕਾਹਨੂੰ ਕੋਈ ਰੌਲਾ ਪਾਣਾ ਉਹਨੇ 11000 ਰੁਪਇਆ ਨਾਲ ਦੀ ਨਾਲ ਹੀ ਉਹਦੇ ਪੇਟੀਐਮ ਕਰਤਾ ਪੈਸੇ ਵੀ ਦੇਤੇ ਉਹ ਨਾਲ ਲੈ ਕੇਣ ਜਿਹੜੀ ਨਾਲ ਉਹਦੇ ਮਣੀਰ ਲਿਆ ਸੀ ਮਸਟੰਡੇ ਉਹ ਬਦਮਾਸ਼ੀ ਕਰਦੇ ਗੁੰਡਾਗਰਦੀ ਕਰਦੇ ਸੀ ਉਹ ਕਹਿੰਦਾ ਵੀ ਸਾਨੂੰ ਤਾਂ ਤੂੰ ਕੁੱਟਮਾਰ ਲਈ ਲਿਆ ਤੇ ਇਹ ਤਾਂ ਅਸੀਂ ਦਾ ਕਰਕੇ ਹੀ ਜਾਣੀ ਆ ਉਹ ਦੋ ਕਮੈਂਟ ਇਥੋਂ ਢੇੜਾ ਕੱਢ ਕੇ ਆਏ ਤੇ ਉਹ ਜਦੋਂ ਇਥੋਂ ਸਾਡੇ ਬੰਦੇ ਚਲੇ ਗਏ ਨਵੇੜ ਨਾਲੇ ਰੌਲਾ ਉਹ ਫਿਰ ਆ ਕੇ ਇਥੇ ਗੁੰਡਾ ਕਰਦੀ ਬਦਮਾਸ਼ੀ ਕਰਨ ਲੱਗੇ ਨਾਲੇ ਕੁੱਟ ਮਾਰ ਕੇ ਨਾਲੇ ਆ ਸ਼ੀਸ਼ੇ-ਸ਼ੂਸ਼ੇ ਤੋੜ ਕੇ ਸਾਰਾ ਕੁਝ ਭੰਨ ਕੱਢ ਕੇ ਇਹਦਾ ਸ਼ਰੇਆਮ ਬਦਮਾਸ਼ੀ ਆ ਇਹ ਗੁੰਡਾ ਕਰਦੀ ਆ ਅੱਜ ਆਪਣੇ ਨਾਲ ਹੋਈ ਕੱਲ ਨੂੰ ਹੋਰ ਕਹਿਣਾ ਕੱਲਗੇ ਜੇ ਇਹ ਇਹ ਮਸੰਡੇ ਲੋਕਾਂ ਨੂੰ ਆਪਾਂ ਕਹੇ ਦੇ ਮੂੰਹ ਨਾ ਫੜਾਂਗੇ ਇਹਨਾਂ ਨੂੰ ਅੱਜ ਥੱਲ ਨਾ ਪਾਵਾਂਗੇ ਤੇ ਇਹਨਾਂ ਦੇ ਹੌਸਲੇ ਵਧਣਗੇ ਕੱਲ ਨੂੰ ਥਾਂ-ਥਾਂ ਇਹ ਕੰਮ ਕਰਨਗੇ ਲੜਕੇ ਦੇ ਮਾਂ ਤੇ ਮਾਰ ਗਏ ਪੰਜ ਸੱਤ ਉਹ ਰਾੜਾਂ ਦੇ ਉੱਪਰ ਗਰਾਰੀਆਂ ਲਗੀਆਂ ਹੋਈਆਂ ਸੀ ਲੋਹੇ ਦੀਆਂ ਤੇਖੀਆਂ ਪੰਜ ਚਾਲੀਆਂ ਦੋ ਚਾਰ ਉਹਦੇ ਮਾਰ ਕੇ ਦੋ ਚਾਰ ਇੱਥੇ ਸਾਡੇ ਇੱਕ ਬਰਾੜ ਸਾਹਿਬ ਹੈ ਆਈਲੈਟ ਸੈਂਟਰ ਵਾਲੇ ਇੱਕ ਦੋ ਦੇ ਵੀ ਮਾਰ ਗਏ ਐਦਾਂ ਦੀਆਂ ਗੁੰਡਾ ਕਰਦੀਆਂ ਕਰਦੇ ਫਿਰਦੇ ਜੇ ਇਹਨਾਂ ਨੂੰ ਨਾਂ ਠੱਲ ਪਾਈਦਾ ਇਹ ਹਾਲਾਤ ਵਿਗੜ ਗਏ ਮੁਲਾਜ਼ਮ ਸਰ ਤੇ ਚੜ੍ਹਨ ਲੱਗ ਪੀਸ ਨੂੰ ਅਸੀਂ ਰਿਪੋਰਟ ਲਿਖਾਇਆ ਆਂਦੀ ਹੈ ਜੀ ਉਹਨਾਂ ਨੇ ਮੌਕਾ ਦੇਖ ਕੇ ਮੌਕਾ ਦੇਖ ਕੇ ਗਏ ਆ ਜੀ ਸਨੈਪ ਵਗੈਰਾ ਲੈ ਗਏ ਆ ਪ੍ਰੋਸਾ ਦਾ ਦਿੱਤਾ। ਪ੍ਰੋਸਾ ਦਾ ਹੀ ਦਿੱਤਾ। ਇਹ ਕਹਿੰਦੇ ਸਵੇਰੇ ਫੜਾਂਗੇ ਉਹਨਾਂ ਨੂੰ ਸਾਰਿਆਂ ਨੂੰ ਪੇਸ਼ ਕਰਾਂਗੇ। ਸ਼ਹਿਰ ਵਾਲੇ ਕੀ? ਲਾਇਆ ਜਾਊਗਾ। ਜਉਂ ਜੀ ਸ਼ਹਿਰ ਵਾਲਿਆਂ ਦੀ ਗੱਲ ਕਿਵੇਂ ਨਾ ਮੰਨਣਗੇ ਫੇਰ? ਆਪਾਂ ਕਿਹੜਾ ਕੋਈ ਗਲਤ ਆ ਸਾਰੇ ਬੰਦੇ ਹੁਣ ਵੀ 500 ਬੰਦਾ 400 ਇਕੱਠਾ ਸੀਗਾ। ਇਹ ਤਾਂ ਆਪਾਂ ਉਹਨਾਂ ਦੇ ਸਵਾਸਨ ਤੇ ਹੀ ਐ। ਸਾਡੇ ਹੀ ਦੁਕਾਨ ਤੇ ਮੋਡਾਫੋਨ ਚ ਇੱਕ ਮੁੰਡਾ ਹਰਮਨ ਸਿੰਘ ਕੰਮ ਕਰਦਾ ਸੀ। ਸਿੰਘਾਲੇ ਦਾ। ਉਹ ਮਤਲਬ ਕਮਿਸ਼ਨ ਬੇਸ ਤੇ ਕੰਮ ਕਰਦਾ ਸੀਗਾ। ਅੱਜ ਉਹ ਆਇਆ ਕਹਿੰਦਾ ਵੀ ਮੈਂ ਕੰਮ ਨਹੀਂ ਕਰਨਾਗਾ ਮੇਰਾ ਹਿਸਾਬ ਕਰ ਦਿਓ ਕਾਪੀ ਤੇ ਉਹਦੇ ਸਾਈਨ ਹੁੰਦੇ ਆ ਬਕਾਇਦਾ ਡੇਲੀ ਹਾਜ਼ਰੀ ਲੱਗਦੀ ਆ ਜਿੰਨੀਆਂ ਐਕਟੀਵੇਸ਼ਨਾਂ ਪਾਉਂਦਾ ਰੋਜ਼ ਦੀ ਰੋਜ਼ ਲਿਖ ਕੇ ਜਾਂਦਾ ਦਿਨਾਂ ਦੀ ਹਾਜ਼ਰੀ ਲੱਗਦੀ ਆ ਉਹ ਮੁੰਡਾ ਲੜਕਾ ਆਪਣਾ ਸੱਨੀ ਉਹਨੂੰ ਕਹਿੰਦਾ ਵੀ ਆ ਤੇਰੇ 17 ਦਿਨਾਂ ਦੀ ਹਾਜ਼ਰੀ ਲੱਗੀ ਆ 17 ਦਿਨਾਂ ਦੇ ਆਪਦੇ ਪੈਸੇ ਲੈਣਾ ਕਹਿੰਦਾ ਜੀ ਮੈਂ ਤਾਂ 11000 ਤੇ ਗੱਲ ਕੀਤੀ ਸੀ ਤੇ 11000 ਲਾਉਂਗਾ ਤੇ ਮੈਂ ਪੈਸੇ ਵੀ ਲੈਣ ਵੀ ਜਾਣਦਾ ਉਹ ਸਾਡੇ ਲੜਕੇ ਨੇ ਉਹਨੂੰ ਬਾਹ ਫੜ ਕੇ ਇੱਥੇ ਬਿਠਾ ਲਿਆ ਕਹਿੰਦਾ 2 ਮਿੰਟ ਮੈਂ ਫੋਨ ਕਰ ਦਿੰਦਾ ਅਫਸਰਾਂ ਨੂੰ ਆਪਣੇ ਵੱਡਾ ਫੋਨ ਵਾਲੇ ਨੂੰ ਇੱਥੇ ਲੋਕਲ ਹੀ ਆ ਉਹ ਤੇ ਉਹ ਆ ਜਾਂਦਾ ਤੇ ਜਿਵੇਂ ਕਹੂਗਾ ਮੈਂ ਕਰ ਲਈ ਕਹਿੰਦਾ ਤੂੰ ਛੱਡ ਕਹਿੰਦਾ ਮੈਂ ਤੈਥੋਂ ਪੈਸੇ ਬਾਅਦ ਚ ਲਾਉਂਗਾ ਪਹਿਲਾਂ ਉਹਨੇ ਨਹੀਂ ਕਰਦਾ ਕਹਿੰਦਾ ਇੱਥੋਂ ਚਲਾ ਗਿਆ ਜੀ ਉਹ ਮੁੜ ਕੇ ਪਿੰਡੋਂ ਕਿਤੇ ਬੰਦੇ ਲਿਆਇਆ 20 25 ਬਦਮਾਸ਼ 25 ਮੈਂ ਸਟੰਡੇ ਜੇ ਨਸ਼ੇੜੀ ਬੰਦੇ ਹੀ ਸਾਰੇ ਉਹਨਾਂ ਨੂੰ ਲਿਆ ਕੇ ਉਹਦੋਂ ਨੂੰ ਅਫਸਰ ਵੀ ਇੱਥੇ ਆ ਗਿਆ ਉਹਨੂੰ ਕਹਿੰਦਾ ਹਾਂ ਵੀ ਮੈਂ ਤੈਨੂੰ ਕੁੱਟਮਾਰ ਕਰੂੰਗਾ ਜਈ ਮੈਨੇ ਪੈਸੇ ਦੇ ਮੈਂ ਤਾਂ ਤਨਖਾਹ ਪੂਰੀ ਲੈਣੀ ਹੈ ਚਲੋ ਜੀ ਉਹਨੇ ਸਿਆਣਪ ਵਰਤੀ ਵਿਚਾਰੇ ਨੇ ਉਹ ਕਹਿੰਦਾ ਯਾਰ ਛੱਡ ਆਪਾਂ ਕਾਹਨੂੰ ਕੋਈ ਰੌਲਾ ਪਾਣਾ ਉਹਨੇ 11000 ਰੁਪਇਆ ਨਾਲ ਦੀ ਨਾਲ ਹੀ ਉਹਦੇ ਪੇਟੀਐਮ ਕਰਤਾ ਪੈਸੇ ਵੀ ਦੇਤੇ ਉਹ ਨਾਲ ਲੈ ਕੇਣ ਜਿਹੜੀ ਨਾਲ ਉਹਦੇ ਮਂਡੀਰ ਲਿਆ ਸੀ ਮਸਟੰਡੇ ਉਹ ਬਦਮਾਸ਼ੀ ਕਰਦੇ ਗੁੰਡਾਗਰਦੀ ਕਰਦੇ ਸੀ ਉਹ ਕਹਿੰਦਾ ਵੀ ਸਾਨੂੰ ਤਾਂ ਤੂੰ ਕੁੱਟ ਮਾਰ ਲਈ ਲਿਆ ਤੇ ਇਹ ਤਾਂ ਅਸੀਂ ਦਾ ਕਰਕੇ ਹੀ ਜਾਣੀ ਆ ਉਹ ਦੋ ਕੁ ਮਿੰਟ ਇਥੋਂ ਢੇੜਾ ਕੱਢ ਕੇ ਆਏ ਤੇ ਉਹ ਜਦੋਂ ਇਥੋਂ ਸਾਡੇ ਬੰਦੇ ਚਲੇ ਗਏ ਨਵੇਂ ਨਾਲੇ ਰੌਲਾ ਉਹ ਫੇਰ ਆ ਕੇ ਇੱਥੇ ਗੁੰਡਾ ਕਰਦੀ ਬਦਮਾਸ਼ੀ ਕਰਨ ਲੱਗੇ ਨਾਲੇ ਕੁੱਟ ਮਾਰ ਕੇ ਨਾਲੇ ਆ ਸ਼ੀਸ਼ੇ-ਸ਼ੂਸ਼ੇ ਤੋੜ ਕੇ ਸਾਰਾ ਕੁਝ ਭੰਨ ਕਢ ਕੇ ਇਹਦਾ ਸ਼ਰੇਆਮ ਬਦਮਾਸ਼ੀ ਆ ਇਹ ਗੁੰਡਾ ਕਰਦੀ ਆ ਅੱਜ ਆਪਣੇ ਨਾਲ ਹੋਈ ਕੱਲ ਨੂੰ ਹੋਰ ਕਹਿਣਾ ਕੱਲਗੇ ਜੇ ਇਹ ਇਹ ਮਸੰਡੇ ਲੋਕਾਂ ਨੂੰ ਆਪਾਂ ਕਹੇ ਦੇ ਮੂੰਹ ਨਾ ਫੜਾਂਗੇ ਇਹਨਾਂ ਨੂੰ ਅੱਜ ਥੱਲ ਨਾ ਪਾਵਾਂਗੇ ਤੇ ਇਹਨਾਂ ਦੇ ਹੌਸਲੇ ਵਧਣਗੇ ਕੱਲ ਨੂੰ ਥਾਂ-ਥਾਂ ਇਹ ਕੰਮ ਕਰਨਗੇ ਲੜਕੇ ਦੇ ਬਾਹਾਂ ਤੇ ਮਾਰ ਕੇ ਪੰਜ-ਛਤ ਉਹ ਰਾੜਾਂ ਦੇ ਉੱਪਰ ਗਰਾਰੀਆਂ ਲਾਗੀਆਂ ਹੋਈਆਂ ਸੀ ਲੋਹੇ ਦੀਆਂ ਦੇਖੀਆਂ ਪੰਜ ਚਾਲੀਆਂ ਦੋ ਚਾਰ ਉਹਦੇ ਮਾਰ ਕੇ ਦੋ ਚਾਰ ਇੱਥੇ ਸਾਡੇ ਇੱਕ ਬਰਾੜ ਸਾਹਿਬ ਹੈ ਆਈਲੈਟ ਸੈਂਟਰ ਵਾਲੇ ਇੱਕ ਦੋ ਦੇ ਵੀ ਮਾਰ ਗਏ ਐਦਾਂ ਦੀਆਂ ਗੁੰਡਾਗਰਦੀਆਂ ਕਰਦੇ ਫਿਰਦੇ ਜੇ ਇਹਨਾਂ ਨੂੰ ਨਾਂ ਠੱਲ ਪਾਈਦਾ ਇਹ ਹਾਲਾਤ ਵਿਗੜ ਨਹੀਂ ਮੁਲਾਜ਼ਮ ਸਰ ਤੇ ਚੜ੍ਹਨ ਲੱਗ ਪੀਸ ਨੂੰ ਅਸੀਂ ਰਿਪੋਰਟ ਲਿਖਾਇਆ ਆਂਦੀ ਆ ਜੀ ਉਹਨਾਂ ਨੇ ਮੌਕਾ ਦੇਖ ਕੇ ਮੌਕਾ ਦੇਖ ਕੇ ਗਏ ਆ ਜੀ ਸਨੈਪ ਵਗੈਰਾ ਲੈ ਗਏ ਆ ਪੀਸ ਨੂੰ ਸਰ ਤੇ ਭਰੋਸਾ ਤਾਂ ਹੀ ਦਿੱਤਾ ਇਹ ਕਹਿੰਦੇ ਸਵੇਰੇ ਫੜਾਂਗੇ ਉਹਨਾਂ ਨੂੰ ਸਾਰਿਆਂ ਨੂੰ ਪੇਸ਼ ਕਰਾਂਗੇ ਸ਼ਹਿਰ ਆਲ ਕੀ ਲਾਇਆ ਜਾਊਗਾ ਜੋਂਜੀ ਸ਼ਹਿਰ ਵਾਲਿਆਂ ਦੀ ਗੱਲ ਕਿਵੇਂ ਨਾ ਮੰਨਣਗੇ ਫਿਰ ਆਪਾਂ ਕਿਹੜਾ ਕੋਈ ਗਲਤ ਆ ਸਾਰੇ ਬੰਦੇ ਹੁਣ ਵੀ 500 ਬੰਦਾ 400 ਇਕੱਠਾ ਸੀਗਾ ਇਹ ਤਾਂ ਆਪਾਂ ਉਹਨਾਂ ਦੇ ਸਵਾਸਨ ਤੇ ਹੀ ਆ